ਠੀਕ ਨਹੀਂ ਜਿੱਦਾਂ ਕੈਮਰੇ ਵਾਲਾ ਖੜੇ ਜਿਹੜੇ ਪਾਸ ਨੀ ਖੜੇ ਜਲਬਾਣੀ ਵਾਲਾ ਬਿਲਕੁਲ ਸਾਹਮਣੇ ਠੀਕ ਹੈ ਤੂੰ ਕਿਹੜੇ ਥੋੜਾ ਦੇ ਕਰ ਪਿੱਛੇ ਨਾ ਹੁਣ ਠੀਕ ਹੈ ਪਿੱਛੋਂ ਦੇਖ ਰਹਾ ਥੋੜ੍ਹਾ ਯਾਰ ਦੂਜੇ ਖੜਾ ਰਹਿ ਗਿਆ ਬਸ ਪਾਕਿਸਤਾਨ ਫਲੱਡ ਲਾਈਟ ਵਾਲੀਬਾਲ ਕੱਚਰ ਮੈਚ ਕਰੋ ਆ ਜਾਂਦੀ ਵੀ ਐਲਬਮ ਪੁਰਾਣਾ ਹੈ ਇਹ ਤੇ ਕਰੋ ਕਿਹੜੇ ਕਿੱਦੇ ਕਿਹੜੇ ਨਾ ਨਾ ਇਹ ਦਾਰੀ ਸਹੀ ਹੈ ਅੱਧੂ ਹਾਂ ਅੱਧੂ ਦੂਜਾ ਸਾਲ ਹੈ ਵੈਸੇ ਕਈ ਤਰ੍ਹਾਂ ਦਾ ਮਥਾਜ ਜਿਤਨਾ ਵੀ ਸ਼ਾਇਕੀਨ ਆਏ ਪਏ ਤਮਾਮ ਦੀ ਤਸ਼ਰੀਫ ਆਵਰੀ ਦੇ ਸ਼ੁਕਰੀਆ ਅਦਾ ਕਰਦੇ ਹਾਂ ਔਰ ਜਿਹੜੇ ਦੋਸਤ ਖੜੇ ਨੇ ਇਹਨਾਂ ਕਹਿੰਦੇ ਗੁਜ਼ਾਰਿਸ਼ ਭਈਆ ਤੁਸੀਂ ਥੱਲੇ ਬੈਠੀ ਹੋ ਪਿੱਛੋਂ ਮਹਿਮਾਨ ਖਸੂਸੀ ਸਾਹਿਬਾਨ ਬੈਠੇ ਥੋੜੇ ਜਿਹੇ ਡਿਸਟਰਬ ਥੀਂਦੇ ਪੈਣ ਸਾਹਮਣੇ ਵਾਲੇ ਦੋਸਤਾਂ ਕਹਿੰਦੇ ਗੁਜ਼ਾਰਿਸ਼ ਹੈ ਕਾਇੰਡਲੀ ਤੁਸੀਂ ਇੱਥੇ ਬੈਠੀ ਹੋ ਮਿਹਰਬਾਨੀ ਹਾਂਜੀ ਦੋਸਤੋ ਖਿਡਾਰੀ ਬਿਲਕੁਲ ਤਿਆਰ ਥੀ ਗਏ ਸਹੀ ਵਾਹ ਵਾਹ ਫੁੱਲ ਮਾਹੌਲ ਬੱਖਿਆ ਪਏ ਗਰਾਊਂਡ ਪੂਰਾ ਸਜਿਆ ਪਏ ਹਾਂਜੀ ਦੋਸਤੋ ਗਰਾਊਂਡ ਬਿਲਕੁਲ ਕਲੀਅਰ ਸੀ ਕੇ
ਨਹੀਂ ਖੜਾ ਬਾਲ ਵਾ ਲਾਰਾ ਜੀ ਦਾ ਲਾਰਾ ਲਾਰਾ ਜੀ ਉਹ ਕਿੰਗ ਹੈ ਬਾਲ ਸਹੀ ਰੱਖ ਅੱਛਾ ਭਾਈ ਜਾਨ ਨੇ ਗੁਜ਼ਾਰਿਸ਼ ਹੈ ਜਿਹੜੇ ਨੈਕਸ ਸਮੀ ਗੱਲੋ ਹੈ ਸਮੀ ਗੱਲੋ ਭਈਆ ਸਮੀ ਗੱਲੋ ਨੈਟ ਪੈਨ ਬੰਦ ਨੈਟ ਪੈਨ ਦੇ ਵਾਸਤੇ ਮੁਸ਼ਕਲਾਂ ਤੇ ਇੱਕ ਜ਼ਰਾ ਕਲੀਅਰ ਕਰ ਦੇ ਸੋ ਜਾਨ ਉਤਾ ਕਿਉਂ ਦੇਖੀਓ ਕੰਮ ਕਰਾਂ ਆਪਣੇ ਨੈਟ ਦੀ ਪੋਜੀਸ਼ਨ ਨੂੰ ਕਲੀਅਰ ਕਰੇ ਸੀ ਉਹ ਲਈ ਅਸੀਂ ਕਿਹਾ ਨੰਬਰ ਕਾਦਾ ਬਿਲਕੁਲ ਮਤਨਾ ਮਕਤੇ ਕਿਉਂ ਜਲਬਾਨੀ ਕਲਬ ਸੇ ਸਰਵਿਸ ਦੇ ਵਾਸਤੇ ਤਿਆਰ ਨਹੀਂ ਖੜਦੇ ਹਵਾ ਆਂਦੇ ਖੜ ਚਲੋ ਠੀਕ ਹੈ ਔਰ ਸੀ ਦੋ ਪਲੇਅਰਾਂ ਦੇ ਦਰਮਿਆਨ ਤਿੰਨ ਬੇਕਾਰ ਦੇ ਦਰ ਮੁਕਾਬਲਾ ਦੋ ਟੀਮਾਂ ਦੇ ਦਰਮਿਆਨ ਤਾਰਿਕ ਜਲਬਾਨੀ ਫਰੰਟ ਨੂੰ ਕਵਰ ਕਰਨ ਦੇ ਮੀਆਂ ਇਸ਼ਾ ਪਰ ਤੁਮ ਸਲਾਮ ਨਹੀਂ ਕੋ ਛੁੱਟੇ ਤੋਂ ਅਲੰਕਾਰ ਤਾਰੀ ਫਰੰਟ ਦੇ ਮੁਕਾਬਲੇ ਫਰੰਟ ਦੇ ਨਾਲ ਲਈਆ ਕਲਬ ਆਦੀ ਯਾਰ ਸੈਮੀ ਫਿਲੂ ਦੋਮਾ ਕੋਲ ਦੇ ਤੋਂ ਅਲੀ ਸੋ ਬੈਕ ਨੂੰ ਕਵਰ ਕਰਨ ਦੇ ਹੋਏ ਅਦਨਾਨ ਉਰਫ ਅਦੂ ਪਿਰਾਰ ਕਾਮੀ ਮਲੇ ਛੋਟਾ ਤਾਰੀ ਬੈਕ ਨੂੰ ਕਵਰ ਕਰੇ ਸਨ ਖਲੀਲ ਖਾਨ ਜਲਾਲਪੁਰ ਤੋਂ ਮੁਕਾਬਲੇ ਦੇ ਵਿੱਚ ਸੀ ਮਾਰ ਇਮਰਾਨ ਲਈਆ ਤੋਂ ਜਾਗੀਰ ਜੰਗੀ ਮੁਨੀਰ ਮੁੰਨੀ ਤਾਰਿਕ ਕੰਜਾਲ ਨੈਟ ਤੇ ਵਸੀਮ ਨਿਮਰੂ ਕਾਟੇ ਦਾ ਮੁਕਾਬਲਾ ਠੀਕ ਨੇ ਠੀਕ ਹੈ ਠੀਕ ਨੇ ਸਹੀ ਸਰਵਿਸ ਦਾ ਆਗਾਜ਼ ਠੀਕ ਹੈ ਸਹੀ ਅਜਾ ਮੈਚ ਹੋਣ ਸ਼ੁਰੂ ਤਾਂ ਕਰੋ ਚੱਕੀ ਤੇ ਖੜਾ ਰਹਾ ਦੱਦੀ ਬਲੇਰ ਸਿੰਘ ਨੈਟ ਸਟੇਜ ਤੇ ਆਵੰਦੇ ਸੀ ਹੱਥ ਮਾਲ ਜਾਣੇ ਆ ਦੱਦੀ ਬਲੇਰ ਸਾਹਿਬ ਸਟੇਜ ਤੇ ਤਸ਼ਰੀਫ ਕੀਤੇ ਸੀ ਸੇ ਲਾਲ ਬਹੁਤ ਸ਼ੁਕਰੀਆ ਸਹੀ ਬੜਾ ਹੀ ਕਾਂਡੇਦਾਰ ਮੁਕਾਬਲਾ ਵਾਹ ਵਾਹ ਜ਼ਿੰਦਾਬਾਦ ਸਿੰਘ ਔਰ ਨੰਬਰ ਸੀ ਤਾਰਿਕ ਜਲਵਾਨੀ ਦੇ ਹੱਥ ਵਿੱਚ ਗਏ ਤਾੜੀ ਮਾਰੋ ਵਾਹ ਬੜਾ ਹੀ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਬਹੁਤ ਸ਼ੁਕਰੀਆ ਸੀ ਜ਼ਿੰਦਾਬਾਦ ਬਹੁਤ ਹੀ ਜ਼ਬਰਦਸਤ ਮੁਕਾਬਲਾ ਦੋਵੇਂ ਟੀਮਾਂ ਦੇ ਦਰਮਿਆਨ ਬਹੁਤ ਹੀ ਜ਼ਬਰਦਸਤ ਮੁਕਾਬਲਾ ਬਹੁਤ ਸ਼ੁਕਰੀਆ ਸੀ ਖਿਲਾੜੀ ਨੇ ਰਿਕੁਐਸਟ ਕਰਿਆ ਨੇ ਪੈਨ ਜ਼ਰਾ ਲਾਈਨ ਕਲੀਅਰ ਕਰ ਦੇ ਸੋ ਕਮਾਲ ਮਿਹਰਬਾਨੀ ਸੀ ਚਾ ਕਲੀਅਰ ਕਰ ਦੇ ਸੋ ਬਹੁਤ ਸ਼ੁਕਰੀਆ ਪਲੇਅਰ ਪੂਰੇ ਦੀ ਸਹੀ ਦੇਖ ਰਹਾ ਹੁਣ ਪੂਰੇ ਜੀ ਤੇ ਇਹ ਨਾ ਮਾਰੀ ਕੜਾ ਰੂਮ ਕਰ ਬਸ ਠੀਕ ਹੈ ਯਾਰ ਅੱਜਾਂ ਰੂਮ ਕਰਾਂ ਅੱਜਾਂ ਕਰਾਂ ਮਜ਼ੀਦ ਵੀ ਮਜ਼ੀਦ ਕਰਾਂ ਜ਼ੂਮ ਬਰਬਾਦ ਲਾਰਾ ਨਹੀਂ ਦਿੰਦਾ
بہت شکریہ جی سید علیم شاہ صاحب کری تشریف آوری دا شفیق صاحب جی ادو کتنا جڑا بھائی سید عمر فاروق شاہ صاحب پیر چاٹیا صاحب سید ریاض شاہ صاحب محمد عارف صاحب بہت شکریہ اور سارے ایم پی صاحب تین دن نوجوانوں کے نال مسافر کرتے ہوئے اور یاد ہو کہ تسا سارے پاکستان کا سرمایا ہو نئی کلب کی تین دن مسافر کرتے اور اس بعد صحیح طارق تلمانی عرفان بھائی کیوں نہ دسا سکتے سر غازی پارک دے نال ہے بی ڈویژن دے پیچھے تھانہ بی ڈویژن دے پیچھے ہے گرل سکول دے نال مار مول صاحب سب کیا کر سکتے ہیں دے دے مندے پر وہ بھیڑ گا نہیں بھیڑ گا چھوٹ گا چھوٹ گا بہت شکریہ جی سید علی شاہ صاحب آپ کی تشریف کافی کام اسپیشلی طور پہ سید عمر فاروق شاہ اور سید ریاض شاہ محمد حارث صاحب محمد چانڈیا صاحب آپ کی تشریف آوری کا شکریہ ادا کرتے ہیں آج دوستو جہاں سے رابطہ ٹوٹا تھا وہیں سے شروع کریں گے جلبانی ورسز لیا جناب چیف آف گوگا بھٹی صاحب آپ کی تشریف بہت اچھے زندہ باد زبردست قسم کا اس وقت دونوں ٹیمیں پرجوش ہیں اور ایک دوسرے پر زبردست اٹیک کر رہی ہیں بال کا ہر ٹیم کا کھلاڑی شکرے کی طرح بات پر نظر رکھتے ہوئے ایک دوسرے پر نمبروں کی بوچھار Thank you.
जी वहाँ पे छे ਮੰਜੇ ਦੇ ਅਲਾਵਾ ਨਾ ਮੈਂ ਚਾਹ ਸਨੇ ਵੀ ਆਣੀ ਵਾਲੀ ਸਨੇ ਗੋਦਾ ਫੜ ਗਈ ਨੇ ਮੰਜੇ ਦੇ ਅਲਾਵਾ ਨਾ ਚਾਹ ਸਨੇ ਵੀ ਆਣੀ ਆਈ ਕਲਾਂ ਆਈ ਅਦੇਲਾ ਤਰਦੀ ਨੇ ਲਈ ਮਾਰ ਹੋਰ ਆ ਭਾਈ ਜੀ ਇਤਨੀ ਸ਼ਾਨਦਾਰ ਪਰਫਾਰਮੈਂਸ ਮੇਰੇ 40 ਤੋਂ 32 ਹੈ ਬਹੁਤ ਅੱਛੇ ਜੀ ਭਾਈ सही करो भाई अड़ गए जी बहुत ही जबरदस्त एक दूसरे पर बॉल के साथ अटैक किया जा रहा है जिंदाबाद दोनों टीमें सही है भरपूर फुर्तीले फन के साथ गेम में मौजूद आया कटे आइया बरेला आखिर कामयाबी हासिल हुई ऐसा दो पेच कभी कभी देखने को मिलता है जरा ताली बजा दे मोदी जी लेट ना बाल लेट ना बाल कहानी बाल देख रहे थी मैच था दोनों टीमें पुरजोश शायकीन उससे ज्यादा पुरजोश ऊपर है जबरदस्त मुकाबला दोनों टीमों के दरमियान बड़ी सोच विचार के साथ एक दूसरे पर बॉल को फेंका जा रहा है आती है ना वर्सेस आदि आर्ट्स पुराना कितना सटी वसीम निमरो का बहुत ही जबरदस्त अटैक इंडिया बुला के लेकिन ये वजह से हेडमैन कभी कभी जब बॉल मिलती है तो उसके मौके का फायदा उठाने में बड़ी आसानी होती है और हेडमैन ने वो मौका जाया नहीं किया और अपने भरपूर चलाकाना दाग से तारक दी गाल बॉल को ऐसी जरब लगाई कि सामने वाले को बहुत मुश्किल दरपेश हुई फेस करने में सारे बाए वजो इने कुर्सियां पे जेरे रखे दे जी लाइन तो जा रहा हूं भाई तो ले रखे जी बहुत शुक्रिया दोनों टीमों के दरमियान बड़ा ही सख्त मुकाबला जारी भीड़ भीड़ है ऊपर सारे को चुप नहीं करना जी ले या कलम ये सर्विस कराई हां बहुत अच्छे बहुत कामयाबी हासिल हुई अच्छे शॉट की वजह से और इस वक्त दोनों टीमें फुल एनर्जी के साथ एक दूसरे पर अटैक करने में मसरूफ वाजी भाई दोनों टीमों का जोश और जज्बा देखकर लगता है इन्हें फलस्तीन भेज दिया जाए तो पूरे इसराइल को दबा कर दे बहुत अच्छे शानदार परफॉर्मेंस दोनों टीमों की ना ठीक है भाई ठीक वार करने में प्लानिंग करते हुए जी मैं
फ्रंट के प्लेयर और बैक के प्लेयर दोनों फुल स्टॉप पोजीशन पे खड़े हैं दोनों टीमों के। क्या कहते हैं और जी पॉइंट हासिल करने में कामयाबी हुई। इतने बड़े क्राउड में प्लेयरों का खेलना बॉल पे नजर रखना वो भी रात के अंधेरे में ठीक है सर ठीक है। दिन की रोशनी बहुत ज्यादा होती है रात की मानिंद रोशनी कम होती है फिर भी इन खिलाड़ियों की परफॉर्मेंस काबिले दाद है। और जी पवेलियन से बाहर बॉल जी क्रिकेट से आया बेटे चंगी इस वक्त नंबरों की पोजीशन कांटेदार जा रही है करूं थोड़ा तैमूर का पूछ सारा वगा तैमूर है वाह बहुत ही अच्छा जी आवाज मारी थी भाई बॉल का टैग किया और गेम को ठंडा किया कभी उस्ताद दोनों टीमों के बारे में बड़े व्यूज हैं कुछ लोग प्लेयरों को दिली दिल में दाद दे रहे हैं तो कुछ बाहर खुल के दाद दे रहे हैं हर एक अपना दाज है हाँ जी वाह बहुत अच्छे जी और जी मेरा ख्याल है लिया क्लब की टीम ने पॉइंट अपने नाम किया और जी साइड चेक की जा रही है हूँ की मैं तैमूर ठीक है खिलाड़ियों का अच्छा मिलाप जी मिलनसारी होनी चाहिए शाह साहब स्पोर्ट्समैनशिप भी सब कुछ ज्यादा खर्चा ही नहीं माइक दे उते कीते कितना चुप करेंगे हार जीत मुकद्दर है लगे खिलाड़ियों को कभी नहीं छोड़ना चाहिए बहुत अच्छे आपकी स्पोर्ट्समैनशिप देख के दिल चाहते हैं जोरदार ताली बजवा दो ताड़ी कहीं नहीं मारी उर्दू चुप करे थी नंबर और जी दोनों टीमें आमने सामने तारिक जलवानी क्लब और लिया क्लब की दोनों टीमें जी गेडे दे उसे नंबर करे कई टाइम चार देने अरे अरे को बाकी गेडे देखा ये कुमार ये चला प्ले कर तेज पत्तिया ये गाली तो जी आज का ये प्रोग्राम ऑर्गेनाइज किया है सैयद रियाज शाह साहब और मोहम्मद हारिस साहब ने खड़ी कह रही है ये सारे कर के ले अल्लाह मोहम्मद की है तन्नू मसाद अजमलकर जानी कुरेशी विक्की बड्डा सुलेमान गुरफानी अजान पठान और यंग मैन जी दोस्तों दोनों टीमों के माँ बहन कोई मुजाकरा यार तू जिकी दाड़ी यार वक्त जाएगी बच्चा खैरे खैरे उस्ताद खैरे पत्ती एच मार आई है मेहरान इंतजार में जाकर वो शॉट लगाई दिया बहुत शुक्रिया मान इमरान साहब मुन्ना खादी परिवार और एक और जबरदस्त अटैक जी लिया क्लब की जानिब से
ਉੱਤੇ ਫੜੋ ਤਾਰੇ ਨਾਲ ਫਿਰ ਲਾਰੇ ਜਿਹੜਾ ਚੰਗੀ ਪੰਪ ਦਾ ਨਹੀਂ ਲਾਰਾ ਪਿੱਛੂ ਦਾ ਕੱਢਦੇ ਸੀ ਪੁਆਇੰਟ ਗਿਆ ਕੱਦੂ ਐ ਲਈ ਤੇ ਮਾਰੇ ਮੈਂ ਸੌ ਜੀਨੇ ਚਾਣ ਕੇ ਮਾਰੇ ਨਾ ਸੱਟ ਲੱਗ ਸੀ ਬਾਤ ਹਟ ਗਈ ਜੀ ਦੋਸਤੋ ਵੱਡੀ ਹਯਾਤੀ ਮੁੰਨੀ ਹਯਾਈ ਇਹ ਖੜੇ ਹੋਰ ਜੀ ਰਾਜ ਪਰ ਵੀ ਮਜ਼ਬੂਤ ਕਰਦੇ ਹੋਏ ਸਰਵਿਸ ਵਾਪਸ ਲਈ ਆ ਤੇ ਸਾਰੇ ਦਿਲਬਾਨੀ ਕਲੱਬ ਨੇ ਕੁੱਤਾ ਨੇ ਆਰਾਮ ਕਰ ਰਿਹਾ ਕੁੱਤਾ ਨੇ ਪਰ ਦੋਨੋਂ ਟੀਮੇ ਬਹੁਤ ਅੱਛਾ ਖੇਲ ਰਹੀ ਹੈ ਦੋਨੋਂ ਬਲਾਂ ਤੇ ਆਰੇ ਵੀ ਆ ਰਿਹਾ ਥੈਂਕ ਯੂ ਪਹਿਲੀ ਚੇਂਜ ਤੇ ਇਹ ਵੀਰਾ ਪਹਿਲੀ ਚੇਂਜ ਵਾਲੇ ਥਈਏ ਹਾਂ ਰਸ਼ੂਦ ਆ ਬੰਦਾ ਜ਼ਲਾ ਆ ਪਰ मुझे लग रहा है कुछ कुछ हवा भी सपोर्ट कर रही है बॉल को हाइट पर जाने में खिलाड़ियों को थोड़ा सा चुकन्ना होना पड़ेगा गेम ही बदल यार कि वो बॉर्डर लाइन को क्रॉस ना कर पाए ਯਾਰ ਰੋਲਾ ਹੈ ਯਾਰ ਮੀ ਜ਼ਲੀਲ ਬਿਨਾ ਦੇ ਕੋਟਲਾ ਲੈ ਜਿਵੇਂ ਖੜੇ ਹੋਰ ਕੇ ਸਿੱਖਣ ਦਾ ਕੁਛ ਸਾਰੇ ਸਭ ਜੇ ਕੇ ਮਾਰ ਦੋ ਠੀਕ ਹੈ ਇਹ ਲਾਰਾ ਨਹੀਂ ਆ ਜੂੰਦਾ ਜਸਤਾ ਸਤਾ ਫਬਿਆ ਤੇ ਕਿੱਥਾਂ ਦਾ ਮਾ ਕਰੇ ਸ਼ੋਰ ਥੀਆ ਕਰੇ ਇਹ ਤਾਂ ਪਿਆਰ ਨਹੀਂ ਚੰਦਰ ਮੇਰੇ ਵੀ ਨਹੀਂ ਤਾਰਕ ਲੱਗ ਗਿਆ ਨੰਬਰ ਲਈ ਲੱਗ ਗਿਆ ਭਈਆ ਜੀ ਮੂੰਹ ਪਿਛੋ ਭਈਆ ਜੀ ਛੋਟੀ ਵੱਡੀ ਅੰਮਲ ਲਈ ਲੱਗ ਗਿਆ ਖੱਟਾ ਖੀਰ ਪੀ ਗਿਆ ਖੱਟਾ ਖੀਰ ਪੀ ਗਿਆ ਖੱਟੇ ਕਾਲਾ ਇਹ ਨਾਲ ਦਿਸ ਵੇ ਸਾਰੇ ਉਹਦੇ ਖੱਟਾ ਖੀਰ ਪੀ ਕੇ ਅਗਲਾ ਇੱਕੜੂ ਪੰਪ ਲੱਗ ਜਾਂਦਾ ਵਾਲਾ ਰਾਜੂ ਭਾਈ ਗਿਨ ਗਿਨ ਗੋਵਿੰਦ ਭਾਈ ਸ਼ਾਂਤ ਜ਼ੁਰਾਨੀ ਸਾਹਿਬ ਸਟੇਜ ਪਰ ਤਸ਼ਰੀਫ ਲੈ ਆਏ ਬਾਬਾ ਦੋਸਤੋ ਦੋਨੋਂ ਟੀਮੋ ਕੇ ਦਰਮਿਆਨ ਬਹੁਤ ਹੀ ਜ਼ਬਰਦਸਤ ਮੁਕਾਬਲਾ ਜਾਰੀ ਹੈ।
اللہ اردو تلفظ ٹھیک کرانا ہے کھڑے مارتا پکڑ گئے منی جا جا تکار اور جی اپنی پوزیشن کو اسٹرانگ سے اسٹرانگ تر کرتی جا رہی ہے انڈیا کلب کوئی پتہ نہیں والے کھیڈن کا اور جی میری سروس چلی تھی کھلاڑیوں کا بڑھتا ہوا رش مار بھائی یار لارا گیم سمی کلو صاحب نے کی جانب سے اور ہک ہک مار کے ہک ہک دکھا دی ہت بلیا او سامان پکڑیا یا کوئی خیال کر پوائنٹ پوچھا ہے پوائنٹ بہت شکریہ جی شاکر خاموشی کے ساتھ دیکھ رہے ہو کوئی تاڑی بھی بجاؤ چپ کر ایک تاڑی کلو سیر دار تے اے تاڑی اے ساری ضرورت کہیں تاڑی بار ایک ذات دی اتنا پیسہ لگا پائے پانی نہیں بھر رکھتے اور جی زبردست سے مقابلہ جاری ہے پوزیشن کے لحاظ سے مجھے تھوڑی سی اسٹرانگ پوزیشن لیا کلب کی ٹیم بھی بڑی پرجوش ہے
ਉਹਨਾਂ ਨੰਬਰ ਗਿਆ ਮੁੰਨਾ ਅੱਛਾ ਅਟੈਕ ਕਰ ਰਹੀ ਹੈ ਉਹ ਨਾ ਕਹਿ ਨਹੀਂ ਸੁਣਦਾ ਲੇਕਿਨ ਆਪਣੇ ਸਾਹਮਣੇ ਪਲੇਅਰ ਜਗ ਲਗੇ ਰਾਈਟ ਬਲ ਗਏ ਖਿਲਾੜੀ ਦਾ ਉਹ ਹਾਲ ਨਾ ਹੈ ਜਿਹੜਾ ਖਾਸ ਹੈ ਨਾ ਨਾ ਇਹਨਾਂ ਦਾ ਔਰ ਜੀ ਤਾਰਿਕ ਜਲਵਾਨੀ ਪੰਜਾਬ ਨੇ ਕੋਈ ਹਾਲ ਇਹ ਜਿਹੜਾ ਕੋਈ ਰਮਦਾਨ ਇਹ ਖਾਸ ਦਿਖਾਇਆ ਫਰਾਈਡੇ ਤੇ ਰੱਬ ਹੋਇਆ ਖੜੇ ਕੇ ਮੁੰਨੇ ਦਾ ਕੁਝ ਲਾਈਟ ਦਾ ਖਿਆਲ ਰੱਖਣਾ ਹੈ ਨਵੀਦ ਭੱਟੀ ਸਾਹਿਬ ਸਟੇਜ ਤੇ ਤਸ਼ਰੀਫ ਲੈ ਜੀ ਬਹੁਤ ਅੱਛੇ ਔਰ ਜੀ ਨੰਬਰ ਮੇਰਾ ਖਿਆਲ ਹੈ ਬੁਰਾ ਕਰੀ ਰੱਖਿਆ ਹੈ ਨਹੀਂ ਇਹਨੇ ਸਰਵਿਸ ਆਪਣੇ ਸਾਈਡ ਪਰ ਲਈ ਯਾਦ ਹੈ ਭਾਈ ਕੁਕੜ ਕਾ ਲੈ ਕੇ ਮੈਂ ਤੂੰ ਜੇਰੇ ਵੇਲੇ ਆਦੀ ਮਰੇ ਤਾਰੇ ਪੁਆਇੰਟ ਹੀ ਨਹੀਂ ਕਹਿੰਦਾ ਅੱਗੋ ਖਾਣ ਚੁੱਪ ਕਰ ਦੇਰੇ ਦਾ ਮਾਨ ਖੜੇ ਉਹ ਨਹੀਂ ਚੱਲਦਾ ਪਿਆ ਪਿੰਡ ਚ ਆਏ ਵਾਏ ਤਾਰਿਕ ਖੈਰੇ ਤਾਰੇ ਖੈਰੇ ਅਬਾ ਗਾਜ਼ੀ ਖਾਨ ਨੇ ਸੈਯਦ ਰਿਆਜ਼ ਸ਼ਾਹ ਔਰ ਮੁਹੰਮਦ ਹਾਰਿਸ ਨੇ ਮਿਲ ਕਰ ਇਨ ਨੌਜਵਾਨੋ ਕੀ ਕਾਵਿਸ਼ ਹੈ ਪੱਟੀ ਦੇ ਹੋਏ ਸ਼ਰੀਫ ਆਦਮੀ ਪੱਟੀ ਦੇ अच्छी सर्विस करवाई दो प्लेयरों के दरमियान में एक दूसरे को मकसद सब करके डॉज दिया जबरदस्त कमाल इतना भी क्या करा है हां चचुआ कौन किधर बनाना मुश्किल है ਤਰਾਏ ਘੰਟੇ ਤੇ ਸਰਸਾਂ ਦੇ ਲਾ ਦੇਣ ਵੱਡੇ ਵੇਲੇ ਗੇਮਾ ਮੁੱਕ ਜਾਂਦਾ ਪਿੱਛੋਂ
بال لا رہے دیے باہر کر گئے یہ نہیں لگتی وہ کل اپنی ٹیم کو خیر ہے اور جیسے جیسے جس اپ ہو رہے ہیں بڑھتا جا رہے ہیں جسم فجرو کا گرمی کی دی پائے پاکستان والی بال فلڈ لائٹ سلوک بس لائن ہی نہیں قابو کریں بڑے پلیارے نہیں اچھا ٹھیک ہے انگلو چمبڑے تو پائے ہونے لیکے گلو ٹور وے تدا تارے کبو سکرین صاحب صحیح کھڑی آئی بارہ
اور تیرے ادا جھال کھڑے جوانا کو بیٹھے اوئے انہاں دا سامان ہوندا بیا کو رکھن دا لے دے دو بینک مارے یار بیٹھے ہو اتے پیرا کی بہت شان اچھی پیا ہے یار آ دکھ لئی تے تھاں میں تو والا ہوے بہت نکل ائی گا ہاتھ لے جا پیچھے سٹے ہوں دی نہیں نا تے یار اوتھوں کولو دروک کولو اے تے دیکھ اس وقت بھی بڑا ٹف مقابلہ جاری ہے دونوں ٹیم چھوٹ گئے چھوٹ گئے گودا چڑھ گئی جھپی کہنا وہ ماری پی ماری پڑے کیمرے ریکارڈ ہے بولا دے گی ہاں مسئلہ تے کہیں نہیں اوے یدھی دا آرام کر کال اے بھیا یدھی بھیا سپورٹس مین شپ کا کیا کھڑا ہائے چکر دا چا جوان کھڑا اے کھیل کے بڈے پائیں ہائی دو گیا ہائی بات پہاڑی پہاڑی بنا اے لگ گئی اے نا نا اے لگ گئی اے آیا وا چھوارا آیا وا تارے کا
ਬਾਹਰ ਵਾਲੀ ਸੱਟੀ 1000 ਰੁਪਏ ਦਾ ਇੱਕ ਹੋਰ ਇਨਾਮ ਜੀ ਬਹੁਤ ਅੱਛੀ ਤਾੜੀ 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 ਹੋਰ ਇਸ ਜੀ ਪੋਜੀਸ਼ਨ ਰੈਡੀ ਹੈ ਪਿਆਲਾ ਪੂਰਾ ਕਰ ਰਿਹਾ ਹੈ ਇਸ ਵਾਰ ਸਟਾਪ ਕਰਦੇ ਜਾ ਰਹੀ ਹੈ ਤਾਰਿਕ ਦਿਲਵਾਨੀ ਕੀ ਗਿਆ ਆ ਗਿਆ ਐਸਾ ਵੀ ਨਾ ਨਾਮ ਡਿਫੈਂਸਿਵ ਨੇ ਨਈਆ ਕਲਬ ਆਪ ਹੀ ਰੇਡੀ ਵੀ ਤੁਹਾਨੂੰ ਔਰ ਆਖਰੀ ਟੈਪ ਤੱਕ ਸਮਝ ਨਹੀਂ ਆਤਾ ਕਿ ਨੰਬਰ ਕਿਸ ਕੇ ਹੱਥ ਮੇ ਜਾਏਗਾ ਇਤਨੀ ਸ਼ੌਟ ਆ ਰਹੀ ਹੈ ਬਸ ਰਹੀ ਹੈ ਜੀ ਕੋਈ ਨਹੀਂ ਆ ਪੁਆਇੰਟ ਪੁੱਛਣਾ ਬਹੁਤ ਹੀ ਜ਼ਬਰਦਸਤ ਅਟੈਕ ਅਤੋ ਕਿਰਾਰ ਕਾ ਬਹੁਤ ਹੀ ਚੜ੍ਹ ਕੇ ਖੇਲ ਰਹੇ ਬੜੇ ਬਚੇ ਹੋਏ ਨੌਜਵਾਨ ਹੈ ਬਾਲ ਪਰ ਨਜ਼ਰ ਰੱਖਤੇ ਹੈ ਔਰ ਬਾਲ ਕੋ ਉਸ ਖਿਲਾੜੀ ਤੱਕ ਪਹੁੰਚਾਤੇ ਹੈ ਜੋ ਮੁਖਾਲਿਫ ਟੀਮ ਕਾ ਜ਼ਰਾ ਢੀਲਾ ਔਰ ਨਰਮ ਤਰੀਨ ਖਿਲਾੜੀ ਹੋ ਬੜੀ ਸੋਚ ਕੇ ਜ਼ੋਰ ਖੜੇ ਕਰ ਰਹੇ ਅਤੋ ਕਿਰਾਰ ਔਰ ਬਹੁਤ ਹੀ ਅੱਛੀ ਸੋਚ ਦੇ ਰਹੇ ਤਾਰੇ ਚਿਲਵਾਲ ਦੀ ਟੀਮ ਕੋ ਨਿਕਲੇ ਬਾਲ ਆਊਟ ਮਾਰੀ ਸੀ ਔਰ ਜੀ ਸਰਵਿਸ ਕੀਤੀ ਜੀ ਕਾਰ 15 ਲਈ ਆ ਕਾਲ ਪਾਕਿਸਤਾਨ ਇਹ ਕੋ ਕਿਵੇਂ ਪਤਾ ਲੱਗਦਾ ਭਾਈ ਕਹਾਂ ਪਾ ਪੁੱਜਾ ਬੇਟਾ ਉਹਦੇ ਕਹਿੰਦੇ ਵਾਲੀਬਾਲ ਮੈਚ ਆਰਗੇਨਾਈਜ਼ਰ ਸੈਯਦ ਰਿਆਜ਼ ਸ਼ਾਹ 15 16 ਪੁਆਇੰਟ ਲਈਆ ਕਲਬ 16 ਤਾਰਿਕ 15 ਇੱਕ ਪੁਆਇੰਟ ਉੱਤੇ ਮਾਰ ਛੁੱਟ ਗਿਆ ਸੀ ਕਿੱਥਾ ਅੱਧਾ ਅੱਧਾ ਕੜਾਈ ਕਰਨਾ ਇੱਕ ਮਾਰੇ ਸੀ ਅਲੀ ਗਰਨੇਡ ਵਾਲੀ ਉਸ ਗਰਨੇਡ ਦੇ ਦੇ ਆ ਜਦ ਵੀ ਸੀ ਪਰ ਉਹਨੋ ਕਾਰਤੂਸ ਹੋ ਸਾ ਜਲਨੀ ਉਸਤਾਦ ਹਾਂ ਕਾਹ ਨਾ ਬੁੱਢਾ ਹੋ ਗਿਆ ਪਲੀਅਰ ਵੱਡਾ ਹੈ ਪਲੀਅਰ ਮੰਨੇ ਨੇ ਬਸ ਤਾਂ ਨਾਪ ਦਾ ਤਕਾਜ਼ਾ ਹੈ ਇਹ ਜੇਰੇ ਵੇਲੇ ਦੇਨੇ ਬੜਾ ਕੇ ਦੇਨੇ ਆਈ ਬਾਤ ਆਈ ਆਈ ਤੋਪ ਬਾਦ ਓਏ ਪਾਸੇ ਓਏ ਨੱਟ ਕਾਢ ਵਣਿਆ ਆਵਾਂ ਬੈਠੀ ਹੈ ਕਾਠੀ ਆਏ ਬਲਾਲ ਚਾਲ ਰਹੀ ਸਾਲ ਨੱਟ ਮਾਰ 16 16 ਆ ਲਾਲ ਪੁਆਇੰਟ ਆਲ ਬਹੁਤ ਹੀ ਕਾਂਟੇਦਾਰ ਮੁਕਾਬਲੇ ਦੋਨੋਂ ਟੀਮੋਂ ਦੇ ਗੈਰ ਗੇਮ ਦੇਖਣਾ ਯਾਰ ਬਾਦ ਸਤਾਰਾਂ ਤਾਰੇ 16 ਲਈਆ ਬੜੀ ਜੁੜੀ ਦੇ ਸਾਦ ਹੈ 16 17 ਹਾਂਜੀ ਆਰਟਸ ਨੇ ਫਲੇਰੋ ਸੇ ਮਿਲਕਰ
چکر چار پانچ لے تاں کاش جتنا پھر سٹن دا چار کاش میچ پر جوش ہے کاش برائڈ ہے کاش برائڈ ہے کاش برائڈ ہے کاش جی کوئی پھل یار اس کاش چار ہائے ہائے یہ تو جو ہے وہ کاش لے رہی ہے سٹی ایک بال دے نال دونوں ٹیمیں بھرپور پلاننگ کر رہی ہیں ہوا ہوا دی رہی ہے ایندی پلاننگ نہیں ایندی پلاننگ ہے ایندے کولوں پوچھو تساں اوئے بندہ ہی نہیں بندہ ہی نہیں کام کیتے او دیکھا نا خون تو نہیں آیا بہت ہی زبردست مقابلہ ہے اس وقت دونوں ٹیموں میں اٹھالو آ رہی دو بندے تو اٹھا لو اور جی بہت اچھے طریقے سے بھیا گیم تھی نہیں پیے کیوں ہونا کرے نا پئی ترائے گھنٹے تڑا ہن بھالا کرو بندے اٹھا لے جگہ ہے پہ گھر اٹھی ونجن دا پچھو بھیا کرا زندگی نہیں اٹھ دے میٹھو زیادہ بھائی ہاں اے جواری نہیں اٹھ دے اے تے تو نقصان کر پے لیٹ کر وین دے پے دے تھی اور جی اپنے حصے کا لہو دیکھ کر گیم جتوائیں گے یہ ہوتا ہے کھلاڑیوں کا جذبہ 1000 کا انعام جی بہت شکریہ تائی کو مل گئے اس وقت زندہ دل پبلک ہے جو بھرپور حوصلہ افزائی کر رہی ہے کھلاڑیوں کی مہربانی کریں تو وہ چا کریں جڑے بیٹھن جتنا وہ ہتو ایک اٹھ دا پائی بیا باندھا پائی وہ دے دیا کھاندا اٹھا بہت شکریہ جی ہاں جی اٹھو نہیں اٹھ دے وہ دے دیا کھاندا کی وجہ سے تارے خان تارے خان اگر سارے دوست بیٹھ جائے تو مزہ آ جائے گا کیونکہ یہ گیم ہے کہ بیٹھ کے بندہ پرسکون طریقے سے انجوائے کرے جتنے بھی دوست ہیں ایسے نیچے بیٹھ جائیں آپ کے تعاون کا بہت شکریہ بلا ہو کہیں بیٹھ جائے نا کس سے تھی وہ صحیح ہے نیٹ مین ٹرائی تو کرے سی ہوں تو اتنا ہی بیٹھا نا آدھی دے بیچ آدھی والی جا بچی پی آئی صحیح ہے اور تسا پہلی باری کھیڑتے پہ گئے اسیں صحیح جگہ لے آخر کرن ہر جاتے کھیڑتے نا نہیں گئے پولا پولا جی اور مار تکڑائیں تکڑائیں
ਵਾਲੀਬਾਲ ਰੋਲਿਆ ਸੀ ਵਾਲੀਬਾਲ ਬਹੁਤ ਰਿਕਸ਼ੇ ਦਵਾਏ ਗਏ ਜਵਾਨ ਅਗੋ ਰਸਤੇ ਦਾ ਪਤਾ ਕਰ ਲਾ ਚੋਲਣਾ ਇੱਕ ਕੋਟ ਦੇ ਬਣਾ ਯਾਰ ਨਿੰਮ ਕੋ ਚੋਲਣਾ ਰਸਤਾ ਗੁਣੇ ਨਾ ਤੇ ਰਸਤੀ ਫੌਜ ਆ ਗਏ ਮਾਂ ਵੀ ਸਰ ਰੋਡ ਤੇ ਵਧੇ ਆ ਬੁੱਧੇ ਵਧੇ ਰੋ ਇੱਕ ਰੋਡ ਤੇ ਮਿਲ ਗਿਆ ਯਾਰ ਵਾਲੀਬਾਲ ਲੱਭ ਪਤਾ ਬਾਂਡ ਬਾਂਡ ਯੋ ਬੱਟੇ ਬੈਠੇ ਜਵਾਨ ਕਤਰਾ ਗੋ ਤੇ ਥਾਏ ਰਸਤਾ ਕੀ ਥੋਏ ਲੱਗ ਪਤਾ ਕਾਇ ਨਹੀਂ ਓਏ ਨਿੰਮ ਕੋ ਆਲਾ ਆ ਜੀ ਰੋਲਾ ਠੀਕ ਹੈ ਓਏ ਮਾਂ ਰੋਲਾ ਠੀਕ ਹੈ ਰੋਲਾ ਠੀਕ ਹੈ ਦਾ ਰੋਲਾ ਠੀਕ ਹੈ ਕਿੱਥ ਦਾ ਰੋਲਾ ਹੈ ਉਹ ਆਦੇ ਉਹ ਦਾ ਸਾਹ ਕੋ ਕਿਉਂ ਆਖੇ ਨੇ ਭਾਈ ਅੱਛਾ ਅੱਛਾ ਮੈਂ ਹਕੀਕਤ ਰੋਲਾ ਠੀਕ ਹੈ ਲਈ ਵਾਲੇ ਸੋਕੋ ਜਾ ਦੇ ਨਹੀਂ ਪੈਦੇ ਹਾਂ ਅਦਾ 100 ਰੁਪਿਆ ਸਟੈਂਡ ਦਾ ਭਰੀ ਗਣਾ 150 ਇਹਨਾਂ ਭਰੀ ਗਣਾ ਸਟੈਂਡ 100 ਰੁਪਿਆ ਯਕੀਨ ਨਾਲ ਨੈਟ ਚਾਹ ਤੇ ਵਣੀ ਹਾਂ ਨੈਟ ਚਾਹ ਤੇ ਵਣੀ ਨੈਟ ਮਾਏ ਤੰਬੂ ਪਾੜੀ ਦੇ ਥੇ ਸਾਰੇ ਮਾਏ ਦੋ ਕਨਾਤਾ ਖੁੱਲਣਾ ਭਈਆ ਉਹ ਦੁਕਾਨ ਦਾ ਲੋਕਾਂ ਦਾ ਮੁੱਛਾ ਮੰਗੇ ਖਣਾ ਨਹੀਂ ਯਕੀਨ 100 ਰੁਪਿਆ ਸਟੈਂਡ ਦਾ ਕੋਈ ਉਹ ਭੇੜ ਗਾ ਨਹੀਂ ਕੋਈ ਭੇੜ ਗਾ ਨਹੀਂ ਉਹ ਚੁੱਪ ਕਰ ਖੜ ਕਾਲੀ ਜ਼ਬਾਨ ਨਾਲ ਮਰੇ ਚੁੱਪ ਕਰ ਖੜ ਖੈਰ ਦੀ ਖਬਰ ਹੋਵੇ ਮੈਚ ਖੇਡਣੇ ਦੇਖੀ ਨਾ ਮੈਂ ਆਪੋ ਬਾਰ ਬਾਰ ਮੈਂ ਗਿਨ ਜਿਹੜੇ ਦੇ ਜ਼ਿਆਦਾ ਵੀ ਹੋ ਹੁੰਦਾ